ਸੈਂਕੜੇ ਤੋਂ ਵੱਧ ਮੌਤਾਂ ਆਪਣੇ ਪੰਜਾਬ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਸਿਰਫ ਪਾਣੀ 'ਚ ਡੁੱਬਣ ਕਰਕੇ ਹੋਈਆਂ। ਲੋਕਲ ਜਿਹੜੇ ਸਾਡੇ ਕੈਨੇਡਾ ਦੇ ਜੰਮਪਲ ਬੱਚੇ ਨੇ ਉਹਨਾਂ ਦੀਆਂ ਖਬਰਾਂ ਸੁਣਦੇ ਨੇ। ਜਦੋਂ ਗਰਮੀਆਂ ਦਾ ਸੀਜ਼ਨ ਆਉਂਦਾ ਖਬਰਾਂ ਦੇ ਢੇਰ ਲੱਗਣੇ ਸ਼ੁਰੂ ਹੋ ਜਾਂਦੇ ਨੇ। ਤੁਸੀਂ ਬਾਹਰ ਜਾਣੇ ਹੋ, ਸਵਿਮਿੰਗ ਦੀ ਸਾਈਨ ਪੜੋ, ਉੱਥੇ ਸਵਿਮਿੰਗ ਤੁਸੀਂ ਕਰ ਸਕਦੇ ਹੋ ਜਾਂ ਨਹੀਂ। ਪਾਣੀ ਕੋਈ ਮਜ਼ਾਕ ਨਹੀਂ ਆ, ਪਰ ਇਹਦਾ ਵੀ ਨਹੀਂ ਵੀ ਡਰੋ, ਓਕੇ? ਸਵਿਮਿੰਗ ਸਿੱਖੋ, ਇਹਦਾ ਵੀ ਨਹੀਂ ਤੁਹਾਨੂੰ ਸਵਿਮਿੰਗ ਨਹੀਂ ਆਉਂਦੀ ਫਿਰ ਮੈਂ ਹੁਣ ਬਿਲਕੁਲ ਪਾਣੀ 'ਚ ਨਹੀਂ ਜਾਣਾ। ਬੜੀ ਵਾਰੀ ਅਸੀਂ ਦੇਖਦੇ ਹਾਂ ਕਿ ਮੌਤਾਂ ਜਿਹੜੀਆਂ ਲੋਕਾਂ ਦੀਆਂ ਹੁੰਦੀਆਂ ਨੇ ਉਹਦੇ ਵਿੱਚ ਕੁਦਰਤੀ ਵਰਤਾਰੇ ਹੁੰਦੇ ਨੇ, ਪਰ ਬਹੁਤ ਥਾਵਾਂ ਦੇ ਉੱਤੇ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਨੇ, ਜਿਹਦੇ ਵਿੱਚੋਂ ਰੋਡ ਐਕਸੀਡੈਂਟਸ ਇੱਕ ਆਉਂਦਾ ਆ, ਜਿਹਦੇ ਵਿੱਚੋਂ ਪਾਣੀ ਦੇ ਵਿੱਚ ਡੁੱਬਣ ਕਰਕੇ ਜਿਹੜੀਆਂ ਮੌਤਾਂ ਹੁੰਦੀਆਂ ਦੂਸਰਾ ਕਾਰਨ ਆ। ਅਜਿਹੇ ਹੋਰ ਵੀ ਕਾਰਨ ਨੇ ਜਿੱਥੇ ਹੋ ਰਹੀਆਂ ਮੌਤਾਂ ਦੇ ਵਿੱਚੋਂ ਜਾਨਾਂ ਬਚਾਈਆਂ ਜਾ ਸਕਦੀਆਂ ਨੇ, ਪਰ ਕਿਉਂਕਿ ਪ੍ਰੋਪਰ ਢੰਗ ਤਰੀਕੇ ਨਾਲ ਜਦੋਂ ਪਾਣੀ ਵਿੱਚ ਚੱਲਣ ਉੱਛਲਣ ਕੁਦਲਣ ਦੀ ਸਾਨੂੰ ਟ੍ਰੇਨਿੰਗ ਨਹੀਂ ਦਿੱਤੀ ਹੋਊਗੀ ਤਾਂ ਫਿਰ ਕਿਤੇ ਨਾ ਕਿਤੇ ਘਾਟੇ ਵੱਧ ਜ਼ਰੂਰ ਹੁੰਦੇ ਆ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਅਸੀਂ ਖਬਰਾਂ ਸੁਣਦੇ ਹਾਂ, ਲੋਕਲ ਜਿਹੜੇ ਸਾਡੇ ਕੈਨੇਡਾ ਦੇ ਜੰਮਪਲ ਬੱਚੇ ਨੇ ਉਹਨਾਂ ਦੀਆਂ ਖਬਰਾਂ ਸੁਣਦੇ। ਜਦੋਂ ਗਰਮੀਆਂ ਦਾ ਸੀਜ਼ਨ ਆਉਂਦਾ ਖਬਰਾਂ ਦੇ ਢੇਰ ਲੱਗਣੇ ਸ਼ੁਰੂ ਹੋ ਜਾਂਦੇ ਨੇ। 2023 ਇਹਦੇ ਵਿੱਚ ਸਿਖਰ 'ਚ ਰਿਹਾ, ਸੈਂਕੜੇ ਤੋਂ ਵੱਧ ਮੌਤਾਂ ਆਪਣੇ ਪੰਜਾਬ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਸਿਰਫ ਪਾਣੀ 'ਚ ਡੁੱਬਣ ਕਰਕੇ ਹੋਈਆਂ। ਕਮੀ ਕਿੱਥੇ ਸੀ? ਟ੍ਰੇਨਿੰਗ ਦੀ ਘਾਟ। ਸਾਡੇ ਨਾਲ ਸਿਟੀ ਆਫ ਸਰੀ ਤੋਂ ਜੈਸਜੋਤ ਗਿੱਲ ਨੇ ਅੱਜ, ਜੋ ਕਿ ਲਾਈਫਗਾਰਡ ਅਤੇ ਸਵਿਮਿੰਗ ਕੋਚ ਨੇ। ਤੁਸੀਂ ਸਾਰੇ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀ ਵੀ, ਮੈਂ ਜੋਗਰਾਜ ਸਿੰਘ ਕਾਲੋ ਹਾਂ। ਸਤਿ ਸ਼੍ਰੀ ਅਕਾਲ ਜਸਜੋਤ, ਤੁਹਾਡਾ ਬਹੁਤ ਸਵਾਗਤ ਹੈ। ਕੀ ਹਾਲ ਨੇ ਜੀ? ਠੀਕ, ਤੁਸੀਂ ਕਹਿੰਦਾ? ਬਹੁਤ ਵਧੀਆ, ਬਹੁਤ ਵਧੀਆ। ਤੁਹਾਡਾ ਕੰਮ ਬਹੁਤ ਵਧੀਆ, ਪਰ ਤੁਹਾਡੇ ਕੰਮ ਦੇ ਨਾਲ ਤੁਹਾਡੇ 'ਤੇ ਜ਼ਿੰਮੇਵਾਰੀ ਵੀ ਆਉਂਦੀ ਹੈ। ਯੂ ਹੈਵ ਦੈਟ ਪ੍ਰੈਸ਼ਰ ਜਿੱਥੇ ਤੁਸੀਂ ਟ੍ਰੇਨ ਕਰਨਾ ਹੁੰਦਾ ਹੈ, ਜਾਨਾਂ ਬਚਾਉਣੀਆਂ ਹੁੰਦੀਆਂ ਨੇ। ਹਾਊ ਡੂ ਯੂ ਸੀ ਦਿਸ? ਇਹ ਕਿੱਦਾਂ ਲੱਗਦਾ ਤੁਹਾਨੂੰ, ਆਪਣੀ ਕੰਮ ਕਿਵੇਂ ਲੱਗਦਾ ਤੁਹਾਨੂੰ? ਮੈਨੂੰ ਆਪਣਾ ਕੰਮ ਤੇ ਬਹੁਤ ਪਿਆਰਾ, ਆਈ ਲਵ ਮਾਈ ਜੋਬ, ਬਟ ਸੇਫਟੀ ਨੰਬਰ 1 ਪ੍ਰਾਇੋਰਟੀ ਆ। ਜਿਹੜੇ ਲੋਕੀ ਪਾਣੀ ਦੇ ਵਿੱਚ ਆਉਂਦੇ ਆ, ਪੂਲ ਤੇ ਆਉਂਦੇ ਆ, ਸੋ ਸਾਡੀ ਸੇਫ ਉਹਦਾ ਦੀ ਸੇਫਟੀ ਸਾਡੇ ਦੀ ਸਭ ਤੋਂ ਇੰਪੋਰਟੈਂਟ ਆ। ਸੋ ਉਹ ਸਾਡੀ ਮੇਨ ਰਿਸਪੋਂਸਿਬਿਲਿਟੀ ਆ, ਕਿੰਦੋ ਸਾਡੀ ਜੋਬ ਹੁੰਦੀ ਆ। ਤੁਸੀਂ ਕਿੰਨੇ ਸਾਲਾਂ ਤੋਂ ਕਰ ਰਹੇ ਹੋ ਇੱਥੇ? ਤੁਹਾਡੇ ਕਿੰਨੇ ਚਿਰ ਦਾ ਐਕਸਪੀਰੀਅੰਸ ਹੋ ਗਿਆ? ਹਾਂ, ਮੈਂ ਸਿਟੀ ਆਫ ਸਰੀ 'ਚ 10 ਸਾਲ ਹੋ ਗਿਆ, ਲਾਈਫਗਾਰਡ ਐਂਡ ਸਵਿਮ ਇੰਸਟ੍ਰਕਟਰ ਦੀ। ਐਂਡ ਪਹਿਲਾਂ ਲਾਈਫਗਾਰਡ ਤੋਂ ਮੈਂ ਕੰਪੈਰੀਟਿਵ ਸਵਿਮਿੰਗ ਵੀ ਕੀਤੀ ਆ 5-6 ਸਾਲ। ਓਕੇ, ਹਾਂਜੀ। ਤੁਸੀਂ ਬੱਚਿਆਂ ਨੂੰ ਟੀਚ ਵੀ ਕਰਦੇ ਹੋ ਇੱਥੇ, ਕਿਵੇਂ ਤੈਰਨਾ? ਸੋ ਤੁਸੀਂ ਸਰੀ ਟ੍ਰੇਨਿੰਗ ਵੀ ਦਿੰਦੇ ਹੋ? ਹਾਂਜੀ, ਮੈਂ ਸਵਿਮਿੰਗ ਸਿਖਾਉਂਦੀ ਵੀ ਹਾਂ, ਸਿਟੀ ਆਫ ਸਰੀ ਲੈਸਨਸ ਪ੍ਰੋਗਰਾਮ ਦਿੰਦੇ ਆ, ਸੋ ਉੱਥੇ ਮੈਂ ਸਵਿਮ ਇੰਸਟ੍ਰਕਟਰ ਹਾਂ। ਐਂਡ ਬੱਚੇ, ਅਡਲਟਸ, ਬੇਬੀ, ਸੀਨੀਅਰਸ, ਕੋਈ ਏਜ ਲਿਮਿਟ ਨਹੀਂ ਆ, ਤੁਸੀਂ ਸਾਰੇ ਸਵਿਮਿੰਗ ਸਿੱਖ ਸਕਦੇ ਆ। ਬੜੀ ਨਾ ਸਾਡੇ ਪੰਜਾਬੀ ਫੈਮਿਲੀਜ਼ ਦੇ ਵਿੱਚ ਅਜੇ ਸਵਿਮਿੰਗ ਸਿੱਖਣ ਦੀ ਕਿਤੇ ਨਾ ਕਿਤੇ ਘਾਟ ਹੈਗੀ ਆ, ਅਸੀਂ ਓਨੇ ਪੱਕੇ ਨਹੀਂ ਅਜੇ ਇਸ ਪਾਸੇ ਹੋ ਸਕੀਏ। ਤੁਸੀਂ ਇਸ ਕੰਸਰਨ ਨੂੰ ਕਿੱਦਾਂ ਦੇਖਦੇ ਹੋ? ਕੀ ਆਪਣੀਆਂ ਫੈਮਿਲੀਜ਼ ਬਹੁਤ ਅਵੇਅਰ ਨੇ ਇਸ ਮਸਲੇ 'ਚ, ਜਾਂ ਅਵੇਅਰਨੈਸ ਦੀ ਕਮੀ ਹੈ ਕਿਤੇ? ਮੈਨੂੰ ਲੱਗਦਾ ਅਵੇਅਰਨੈਸ ਵੱਧ ਰਹੀ ਆ। ਓਕੇ, ਪਰ ਸਟਿਲ ਲੈਕ ਕਰਦੀ ਆ? ਇਟਸ ਇਨਕਰੀਜ਼ਿੰਗ, ਇਟਸ ਇਨਕਰੀਜ਼ਿੰਗ, ਬਟ ਮੈਨੂੰ ਲੱਗਦਾ ਹੁਣ ਕਿਉਂਕਿ ਬੱਚੇ ਜ਼ਿਆਦਾ ਉਹਨਾਂ ਨੂੰ ਪਤਾ ਲੱਗ ਰਿਹਾ ਹੈ ਵੀ ਪੂਲ ਕੀ ਆ, ਬੀਚਸ, ਲੇਕਸ, ਰਿਵਰਸ, ਸੋ ਉਹ ਆਪ ਆਪਣੀ ਸਵਿਮਿੰਗ ਦੀ ਕੌਨਫੀਡੈਂਸ ਵਧਣਾ ਚਾਹੁੰਦੇ ਆ। ਸੋ ਬਹੁਤ ਇੰਪੋਰਟੈਂਟ ਆ ਵੀ ਤੁਸੀਂ ਸਵਿਮਿੰਗ ਸਿੱਖੋ ਐਂਡ ਆਪਣੀ ਸੇਫਟੀ ਪਾਣੀ ਦੇ ਵਿੱਚ ਰੱਖੋ। ਅੱਛਾ, ਵਿਦਆਊਟ ਸੁਪਰਵਿਜ਼ਨ ਦੇਖਿਆ ਬੱਚੇ ਜਦੋਂ ਕਿਤੇ ਤੈਰਦੇ ਹੋਣ, ਅਤੇ ਵੱਡੀ ਗਿਣਤੀ ਆ ਬੱਚਿਆਂ ਦੀਆਂ ਮੌਤਾਂ ਹੋਈਆਂ ਪਾਣੀ ਦੇ ਵਿੱਚ ਡੁੱਬਣ ਕਰਕੇ। ਉਹਦੇ ਵਿੱਚ ਪੂਲਸ ਵੀ ਨੇ, ਚੱਲਦੇ ਪਾਣੀ ਵੀ ਨੇ, ਕੋਈ ਵੀ ਪਾਣੀ ਦੇ ਨਾਲ ਇਨਵੋਲਵਡ ਚੀਜ਼ਾਂ ਨੇ। ਤੁਹਾਨੂੰ ਕੀ ਲੱਗਦਾ ਕੀ ਐਸਾ ਸੁਪਰਵਿਜ਼ਨ ਦੇ ਵਿੱਚ ਕੀਤਾ ਜਾ ਸਕਦਾ ਜਿਹਦੇ ਨਾਲ ਬੱਚਿਆਂ ਦੀਆਂ ਜਾਨਾਂ ਬਚ ਸਕਣ?
ਸੋ ਜਿੰਦੋ ਵੀ ਤੁਹਾਡੇ ਬੱਚੇ ਪਾਣੀ ਦੇ ਨੇੜੇ ਜਾਂ ਪਾਣੀ ਦੇ ਵਿੱਚ ਹਾਂ, ਬਹੁਤ ਜ਼ਰੂਰੀ ਆ ਵੀ ਤੁਸੀਂ ਉਹਦਾ ਦੇ ਨਾਲ ਹੋਵੋ। ਇੰਦਾ ਨਹੀਂ ਵੀ ਬੱਚੇ ਪਾਣੀ ਦੇ ਵਿੱਚ ਆ, ਤੁਸੀਂ ਲਾਈਕ ਦੂਰ ਹੋ, ਲਾਈਕ ਈਵਨ 100 meters ਦੂਰ ਹੋ। ਬਹੁਤ ਜ਼ਰੂਰੀ ਆ ਵੀ ਤੁਸੀਂ ਇੱਕ ਬਾਂਹ ਦੀ ਦੂਰੀ ਨਜ਼ਦੀਕੀ ਰੱਖੋ ਹਮੇਸ਼ਾ। ਇਫ ਤੁਹਾਡੇ ਕੋਲ ਬੱਚੇ ਆ 7 ਸਾਲ ਦੀ ਆ ਛੋਟੇ ਜਾਂ ਜਿਹਨਾਂ ਨੂੰ ਸਵਿਮਿੰਗ ਨਹੀਂ ਆਉਂਦੀ, ਬਹੁਤ ਜ਼ਰੂਰੀ ਆ ਵੀ ਤੁਸੀਂ ਨਾਲ ਉਹਦੇ ਦੇ ਰਹੋ, ਕਿਉਂਕਿ ਤੁਹਾਡਾ ਪੂਰਾ ਧਿਆਨ ਉਹਦਾ ਦੇ ਵੱਲ ਹੋਣਾ ਚਾਹੀਦਾ, ਕਿਉਂਕਿ ਡੁੱਬਣ ਦੇ ਕੇਸਿਸ ਬਹੁਤ ਜਲਦੀ ਹੁੰਦੇ ਆ, ਸਾਨੂੰ ਪਤਾ ਨਹੀਂ ਵੀ ਕੀ ਹੋ ਰਿਹਾ। ਐਂਡ ਇਫ ਤੁਸੀਂ ਆਪਣੇ ਬੱਚਿਆਂ ਦੇ ਨਾਲ ਹੋ, ਤੁਸੀਂ ਉਹਨਾਂ ਨੂੰ ਹੈਲਪ ਕਰ ਸਕਦੇ ਹੋ ਐਂਡ ਤੁਹਾਡਾ ਪੂਰਾ ਧਿਆਨ ਉਹਦੇ ਦੇ ਵੱਲ ਆ। ਮੇਰੇ ਹੱਥ 'ਚ ਯੰਤਰ ਆ ਜਿਹਨੂੰ ਲਾਈਫ ਜੈਕਟ ਕਹਿੰਦੇ ਨੇ, ਅਤੇ ਇਹ ਤੁਹਾਡੀ ਜਾਨ ਬਚਾ ਸਕਦਾ ਆ। ਬੜੀ ਵਾਰੀ ਕੀ ਦੇਖਿਆ ਜਾਂਦਾ ਕਿ ਲਾਈਫ ਜੈਕਟ ਪ੍ਰੈਮਿਸਿਸ ਦੇ ਵਿੱਚ ਮੌਜੂਦ ਹੁੰਦੀਆਂ ਨੇ, ਪਰ ਕਿਉਂਕਿ ਅਸੀਂ ਪਾਈਆਂ ਨਹੀਂ ਹੁੰਦੀਆਂ ਅਤੇ ਹਾਦਸੇ ਹੋ ਰਹੇ ਹੁੰਦੇ ਆ। ਅਸੀਂ ਕਈ ਵਾਰੀ ਪਾਉਣ ਦੀ ਘੋਲ ਵੀ ਕਰਦੇ ਹਾਂ, ਕਈ ਵਾਰੀ ਓਵਰ ਕੌਨਫੀਡੈਂਸ ਵੀ ਹੁੰਦਾ, ਪਰ ਇੱਕ ਲਾਈਫ ਜੈਕਟ ਵਾਕਈ 'ਚ ਤੁਹਾਡੀ ਜਾਨ ਬਚਾ ਸਕਦੀ ਆ। ਚਾਚੋ ਇਹਦੇ ਬਾਰੇ ਦੱਸੋ ਕਿ ਇਹ ਫੁੱਲ ਪਰੂਫ ਆ ਨਾ? ਕਈ ਬੰਦਿਆਂ ਦੇ ਮਨ 'ਚ ਸ਼ੰਕਾ ਆ ਵੀ ਯਾਰ ਲਾਈਫ ਜੈਕਟ ਨਾਲ ਕੁਛ ਨਹੀਂ ਹੋਣਾ, ਜੇ ਬਹੁਤਾ ਡੂੰਘੇ ਚਲ ਜਾਓ ਫਿਰ ਨਹੀਂ ਬਚਾ ਸਕਦੀ, ਕਿ ਉੱਤੇ ਉੱਤੇ ਤਾਂ ਬੰਦੇ ਨੂੰ ਥੋੜ੍ਹਾ ਬਹੁਤ ਰੱਖ ਸਕਦੀ ਆ। ਕੀ ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਹੈਜ਼ ਲਾਈਫ ਜੈਕਟ ਆਲਰੇਡੀ ਸੇਵ ਲਾਈਫਸ? ਲਾਈਫ ਜੈਕਟ ਤੁਹਾਨੂੰ ਬਚਾ ਸਕਦੀ ਹੈ ਡੁੱਬਣ ਤੋਂ, ਬਹੁਤ ਜ਼ਰੂਰੀ ਆ। ਪਰ ਲਾਈਫ ਜੈਕਟ ਤੁਹਾਡੇ ਸਾਈਜ਼ ਦੇ ਹੋਵੇ ਐਂਡ ਤੁਹਾਡੇ ਵੇਟ ਦੇ ਅਨੁਸਾਰ ਹੋਵੇ, ਜਿੱਦਾਂ ਤੁਸੀਂ ਦੇਖ ਸਕਦੇ ਹੋ ਇੱਥੇ ਵੇਟ ਆ, ਇੱਥੇ ਸਾਈਜ਼ ਆ। ਇਫ ਲਾਈਫ ਜੈਕਟ ਤੁਹਾਡੇ ਉੱਪਰ ਜ਼ਿਆਦਾ ਵੱਡੀ ਆ, ਫਿਰ ਉਹ ਤੁਹਾਨੂੰ ਪੈਨਿਕ ਕਰੂਗੇ, ਉਹ ਫਿਟਿੰਗ ਉਹਦੀ ਸਹੀ ਨਹੀਂ ਆ। ਸੋ ਪੂਰੀ ਫਿਟਿੰਗ ਵੱਡੀ ਵੀ ਨਹੀਂ ਹੋਣੀ ਚਾਹੀਦੀ ਨਾ, ਛੋਟੀ ਹੋਣੀ ਚਾਹੀਦੀ। ਯਾ ਸੋ ਬਹੁਤ ਜ਼ਰੂਰੀ ਆ ਵੀ ਤੁਹਾਡੇ ਪੂਰੇ ਸਾਈਜ਼ ਵੇਟ ਦੇ ਅਨੁਸਾਰ ਹੋਵੇ ਐਂਡ ਪ੍ਰੈਕਟਿਸ ਕਰੋ। ਪੂਲ ਤੇ ਆਵੋ, ਸਿਟੀ ਆਫ ਸਰੀ ਦੇ ਪੂਲਾਂ 'ਚ ਲਾਈਫ ਜੈਕਟ ਹੁੰਦੀਆਂ ਆ, ਟਰਾਈ ਕਰੋ ਸਵਿਮਿੰਗ ਇਹਦੇ ਨਾਲ ਕਰੋ। ਐਂਡ ਬਾਈ ਚਾਂਸ ਜੇ ਤੁਸੀਂ ਬੋਟ ਤੇ ਹੋ, ਲੇਕ, ਰਿਵਰ, ਓਸ਼ਨ, ਲਾਈਫ ਜੈਕਟ ਪਾਵੋ, ਕਿਉਂਕਿ ਤੁਹਾਨੂੰ ਪਤਾ ਨਹੀਂ ਵੀ ਕੀ ਹੋ ਸਕਦਾ ਆ। ਇਫ ਤੁਸੀਂ ਬੋਟ ਤੇ ਲਾਈਫ ਜੈਕਟ ਪਾਈ ਆ ਐਂਡ ਬੋਟ ਫਲਿਪ ਹੋ ਗਈ, ਬਹੁਤ ਜ਼ਰੂਰੀ ਆ ਵੀ ਤੁਸੀਂ ਲਾਈਫ ਜੈਕਟ ਪਾਈ ਸੀ। ਇਫ ਤੁਸੀਂ ਨਹੀਂ ਪਾਈ ਐਂਡ ਲਾਈਫ ਜੈਕਟ ਨਾਲ ਪਾਣੀ 'ਚ ਡਿੱਗ ਗਈ ਆ, ਫਿਰ ਤੁਸੀਂ ਲਾਈਕ ਬਾਈ ਚਾਂਸ ਪਾਣੀ ਦੇ ਵਿੱਚ ਹੋ ਐਂਡ ਲੱਭ ਰਹੇ ਹੋ ਲਾਈਫ ਜੈਕਟ ਨੂੰ, ਫਿਰ ਉਹ ਇੰਨਾ ਗੁੱਡ ਨਹੀਂ ਆ। ਸੋ ਲਾਈਫ ਜੈਕਟ ਪਾਵੋ, ਆਪਣੀ ਸੇਫਟੀ ਨੰਬਰ 1 ਰੱਖੋ। 70 ਲਿਖਿਆ, ਵਾਟ ਡਸ ਦ 70 ਮੀਨ? ਦੈਟਸ ਦ ਵੇਟ, 70 ਕਿਲੋ ਪਾਉਂਡ? ਯੈਪ, so it's 25 to 40 kilograms. Okay. 55 to 80 pounds. So yes. 70 is the perfect. So 55 to 88 pounds matlab ye bachiyan de ya. So yeah, this is for the youth. Kids. Yes. So this is for the youth and for the kids. So ye cheezan zarur dekhan waliyan ne. Acha thonu ki lagda jehda city of Surrey nu jehde programs karne pe rahe ne ode piche reason ki hai ki jehdiyan mautan ho rahiyan ne pani ch dubban karke oh numbers bahut vadh rahe ne? Unfortunately numbers ਪਤਾ ਨਹੀਂ ਵੱਧ ਰਿਹਾ ਜਾਂ ਘੱਟ ਰਿਹਾ, ਬਟ ਹਾਦਸੇ ਹੋ ਰਹੇ ਆ। ਸੋ ਬਹੁਤ ਜ਼ਰੂਰੀ ਆ ਵੀ ਤੁਸੀਂ ਆਪਣੀ ਸੇਫਟੀ ਪ੍ਰਾਇਓਰਟੀ ਰੱਖੋ। ਸਵਿਮਿੰਗ ਸਿੱਖੋ, ਇੰਨਾ ਵੀ ਨਹੀਂ ਵੀ ਸਵਿਮਿੰਗ ਹੁਣ ਪੂਲ 'ਚ ਸਿੱਖ ਲਈ ਆ, ਹੁਣ ਮੈਂ ਹੁਣ ਸਿੱਧਾ ਬੀਚ ਤੇ ਲੇਕ ਤੇ ਛਾਲ ਮਾਰ ਕੇ ਮੈਂ ਹੁਣ ਸਵਿਮਿੰਗ ਕਰਨ ਲੱਗੀ ਹਾਂ। ਅੱਛਾ, ਇੱਦਾਂ ਕਿਉਂ? ਜੇ ਪੂਲ ਤੇ ਸਿੱਖ ਲਈ ਸਵਿਮਿੰਗ, ਫਿਰ ਤੇ ਸਵਿਮਿੰਗ ਬੰਦੇ ਨੂੰ ਆ ਗਈ, ਫਿਰ ਉਹ ਬੀਚ ਤੇ ਜਾਂ ਬਾਹਰ ਜਾ ਕੇ ਨਹੀਂ ਤੈਰ ਸਕਦਾ ਰਿਵਰ 'ਚ? ਤੁਸੀਂ ਤੈਰ ਸਕਦੇ ਹੋ, ਬਟ ਮੇਕ ਸ਼ੋਰ ਉਹ ਸੇਫ ਆ। ਸੋ ਕਹਿੰਦੇ ਉਹ ਪਾਣੀ ਬਹੁਤ ਅਲੱਗ ਹੁੰਦਾ ਆ, ਕਿਉਂਕਿ ਸਵਿਮਿੰਗ ਪੂਲ ਦਾ ਪਾਣੀ ਸ਼ਾਂਤ ਆ, ਹਲਕਾ ਆ। ਇਫ ਤੁਸੀਂ ਬਾਹਰ ਬੀਚ, ਲੇਕ, ਰਿਵਰ ਤੇ ਜਾਂਦੇ ਹੋ, ਉੱਥੇ ਤੁਹਾਨੂੰ ਪਤਾ ਨਹੀਂ ਕਰੰਟ ਕਿੰਨਾ ਸਟਰੋਂਗ ਆ, ਟੈਂਪਰੇਚਰ ਠੰਡਾ ਪਾਣੀ ਹੋ ਸਕਦਾ ਆ, ਉਸ ਬਾਡੀ ਨੂੰ ਸ਼ੌਕ ਦੇ ਪਾਣੀ 'ਚ ਅੱਛਾ ਸ਼ੌਕ ਲੱਗ ਜਾਂਦਾ, ਤੁਸੀਂ ਤੈਰ ਨਹੀਂ ਸਕਦੇ। ਹਾਂਜੀ, ਇਨ ਈਵਨ ਪਾਣੀ ਦੀ ਸਫਾਈ, ਇਫ ਤੁਹਾਨੂੰ ਉੱਥੇ ਸਮਟਾਈਮਸ ਤੁਹਾਨੂੰ ਦਿਸ ਨਹੀਂ ਰਿਹਾ ਵੀ ਕਿੰਨਾ ਡੂੰਘਾ ਆ ਪਾਣੀ, ਇੱਥੇ ਲਿਖੇ ਹੁੰਦਾ ਪਾਣੀ
ਸਵਿਮਿੰਗ ਪੂਲ ਤੇ ਲਿਖਿਆ ਹੁੰਦਾ ਕਿੰਨਾ ਡੂੰਘਾ ਆ, ਹਾਂਜੀ ਬੀਚ ਲੇਕ ਰਿਵਰ ਅਨਫੋਰਚੂਨੇਟਲੀ ਕੁਛ ਨਹੀਂ ਪਤਾ, ਸਰਪ੍ਰਾਈਜ਼ ਹੀ ਮਿਲਦੇ ਐਂਡ ਸਰਪ੍ਰਾਈਜ਼ਸ ਦੇ ਵਿੱਚ ਤੁਸੀਂ ਆਫਨ ਲੂਜ਼ ਯਰ ਲਾਈਫ, ਹਾਂਜੀ ਸੋ ਮੇਕ ਸ਼ੁਰ ਕਿੰਦੋ ਤੁਸੀਂ ਬਾਹਰ ਜਾਣੇ ਹੋ ਸਵਿਮਿੰਗ ਦੀ ਸਾਈਨ ਪੜੋ, ਉੱਥੇ ਸਵਿਮਿੰਗ ਤੁਸੀਂ ਕਰ ਸਕਦੇ ਹੋ ਜਾਂ ਨਹੀਂ, ਉਹ ਬਹੁਤ ਜ਼ਰੂਰੀ ਆ, ਐਂਡ ਹਮੇਸ਼ਾ ਇਕੱਲੇ ਨਾ ਜਾਵੋ, ਕਿਸੇ ਨੂੰ ਦੱਸੋ, ਕਿਸੇ ਦੇ ਨਾਲ ਜਾਵੋ ਕਿਉਂਕਿ ਉਹ ਬਹੁਤ ਇੰਪੋਰਟੈਂਟ ਆ, ਕਿਉਂਕਿ ਇਸ ਨੂੰ ਪਤਾ ਨਹੀਂ ਵੀ ਕੀ ਹੋ ਸਕਦਾ ਆ। ਅੱਛਾ ਲਾਸਟ ਦੇ ਵਿੱਚ ਕਈ ਵਾਰੀ ਅਸੀਂ ਨਹਾਉਂਦਿਆਂ ਬਾਹਰ ਅੰਦਰ ਕਿਤੇ ਬੀਚ 'ਤੇ ਨਹਾ ਰਹੇ ਹਾਂ, ਕਿਤੇ ਹੋਰ ਪੂਲ 'ਚ ਨਹਾ ਰਹੇ ਹਾਂ, ਪਾਣੀ ਪੀਤਾ ਜਾਂਦਾ ਤੁਹਾਡੇ ਕੋਲ, ਉਹ ਕਿੰਨਾ ਕੁ ਡੇਂਜਰਸ ਹੁੰਦਾ ਜਦੋਂ ਅਸੀਂ ਪਾਣੀ ਪੀ ਲੈਂਦੇ ਹਾਂ, ਕਿਉਂਕਿ ਇਹ ਨੋਰਮਲ ਰੂਟੀਨ ਆ, ਕਿ ਉਹਦੇ ਨਾਲ ਕਿੱਦਾਂ ਕਿੱਦਾਂ ਦੇ ਹਾਦਸੇ ਹੁੰਦੇ ਨੇ? ਸੋ ਇਫ ਤੁਸੀਂ ਪਾਣੀ ਇਨਹੇਲ ਕੀਤਾ, ਕਿ ਇਫ ਪਾਣੀ ਤੁਹਾਡੇ ਲਾਈਕ ਇਫ ਤੁਸੀਂ ਪੀਤਾ ਆ ਠੀਕ ਆ, ਪਰ ਸਾਨੂੰ ਪਾਣੀ ਲੰਗਸ 'ਚ ਨਹੀਂ ਚਾਹੀਦਾ, ਓਕੇ? ਸੋ ਬਾਈ ਚਾਂਸ ਇਫ ਤੁਸੀਂ ਪੂਲ ਬੀਚ ਲੇਕ ਰਿਵਰ 'ਚ ਹੈਗੇ ਹੋ ਐਂਡ ਤੁਸੀਂ ਪਾਣੀ ਇਨਹੇਲ ਕੀਤਾ, ਕਿੰਦੋ ਤੁਸੀਂ ਸਾਹ ਲੈ ਰਹੇ ਸੀ, ਪਾਣੀ ਵਿੱਚ ਗਿਆ ਐਂਡ ਤੁਸੀਂ ਖੰਘ ਰਹੇ ਹੋ, ਬਹੁਤ ਜ਼ਰੂਰੀ ਆ ਵੀ 72 hours ਇਫ ਤੁਸੀਂ ਖੰਘ ਰਹੇ ਹੋ, ਫੀਵਰ ਆ, ਨੌਜ ਲਾਈਕ ਵੋਮਿਟਿੰਗ ਆ, ਚੇਂਜ ਇਨ ਬਿਹੇਵੀਅਰ, ਤੁਸੀਂ ਅਲੱਗ ਬਿਹੇਵ ਕਰ ਰਹੇ ਹੋ, ਲਾਈਕ ਚੱਕਰ ਆ ਰਹੇ ਆ, ਜੋ ਵੀ ਆ, ਤੁਸੀਂ ਐਮਰਜੈਂਸੀ ਰੂਮ ਲਾਈਕ ਇਮੀਡੀਏਟਲੀ ਜਾਵੋ ਕਿਉਂਕਿ ਲਾਈਫ ਥ੍ਰੈਟਨਿੰਗ ਹੋ ਸਕਦਾ ਆ। ਜਸਟ ਹੋਰ ਕੋਈ ਖੀਰ ਦੇ ਵਿੱਚ ਪ੍ਰੀਕਾਸ਼ਨਸ ਜਾਂ ਕੋਈ ਟਿਪਸ ਤੁਸੀਂ ਦੱਸਣਾ ਚਾਹੁੰਦੇ ਹੋ ਤੇ ਸਵਿਮਿੰਗ ਦੀਆਂ ਦੱਸ ਸਕਦੇ ਹੋ? ਹਾਂਜੀ, ਬੀ ਕੇਅਰਫੁਲ, ਓਕੇ? ਪਾਣੀ ਕੋਈ ਮਜ਼ਾਕ ਨਹੀਂ ਆ, ਬਟ ਇਹਦਾ ਵੀ ਨਹੀਂ ਵੀ ਡਰੋ, ਓਕੇ? ਸਵਿਮਿੰਗ ਸਿੱਖੋ, ਇਹਦਾ ਵੀ ਨਹੀਂ ਸਾਨੂੰ ਸਵਿਮਿੰਗ ਨਹੀਂ ਆਉਂਦੀ ਵੀ ਮੈਂ ਹੁਣ ਬਿਲਕੁਲ ਪਾਣੀ 'ਚ ਨਹੀਂ ਜਾਣਾ, ਸਵਿਮਿੰਗ ਇੱਕ ਲਾਈਫ ਸਕਿੱਲ ਆ, ਕਿੰਨਾ ਤੁਸੀਂ ਤੁਰਦੇ ਹੋ ਲੈਣ 'ਤੇ, ਸਵਿਮਿੰਗ ਸਿੱਖੋ, ਉਦੋਂ ਹੀ ਤੁਸੀਂ ਬਚ ਸਕਦੇ ਹੋ ਪਾਣੀ ਦੇ ਵਿੱਚ, ਐਂਡ ਪਬਲਿਕ ਸਵਿਮ ਲਈ ਆਵੋ, ਆਪਣਾ ਕੌਨਫੀਡੈਂਸ ਵਧਾਵੋ ਪਾਣੀ ਦੇ ਵਿੱਚ ਕਿਉਂਕਿ ਬਹੁਤ ਜ਼ਰੂਰੀ ਆ, ਐਂਡ ਯਾ ਕਮ ਟੂ ਦ ਪੂਲਸ, ਲੈਸਨ ਲਵੋ, ਐਂਡ ਇਫ ਤੁਸੀਂ ਬਾਹਰ ਪਾਣੀ ਦੇ ਵਿੱਚ ਜਾ ਰਹੇ ਹੋ, ਸਾਈਨ ਪੜੋ, ਜਦੋਂ ਤੁਸੀਂ ਪਾਣੀ ਦੇ ਵਿੱਚ ਹੋ ਜਾਂ ਬੋਟਿੰਗ ਕਰ ਰਹੇ ਹੋ, ਪਲੀਜ਼ ਮੇਕ ਸ਼ੋਰ ਵੀ ਤੁਸੀਂ ਡਰਿੰਕਿੰਗ ਜਾਂ ਕੋਈ ਨਸ਼ਾ ਨਹੀਂ ਕੀਤਾ ਹੋਵੇ, ਪਾਣੀ ਦੇ ਵਿੱਚ ਨਾ ਜਾਵੋ, ਬੋਟ ਨਾ ਚਲਾਵੋ ਕਿਉਂਕਿ ਇਹ ਬਹੁਤ ਹਾਨੀਕਾਰਕ ਹੈ, ਸੋ ਬੀ ਕੇਅਰਫੁਲ, ਪਲੀਜ਼ ਡੋਂਟ ਡੂ ਦੈਟ, ਐਂਡ ਯੈਸ, ਬੀ ਸੇਫ ਇਨ ਦਾ ਵਾਟਰ। ਇਹ ਲਾਈਫ ਗਾਰਡ ਟ੍ਰੇਨਿੰਗ ਹੋ ਰਹੀ ਹੈ ਇੱਥੇ, ਇਹਨਾਂ ਨੇ CPR ਕੀਤਾ, AED ਆ, ਆਕਸੀਜਨ ਟੈਂਕ ਆ, ਸਾਨੂੰ ਇੱਥੇ ਸਿੱਖਣ ਨੂੰ ਮਿਲੂਗਾ ਵੀ ਜਾਨ ਕਿੱਦਾਂ ਬਚਾਉਣੀ ਆ। ਇਹ ਪੈਰਾਮੈਡਿਕਸ ਜਾਂ ਡਾਕਟਰ ਦੀ ਜੋਬ ਨਹੀਂ ਆ, ਬਟ ਜਿਹੜੇ ਇਨੀਸ਼ੀਅਲ ਮੂਮੈਂਟਸ ਹੁੰਦੇ ਆ ਪਾਣੀ ਦੇ ਵਿੱਚ, ਤੁਸੀਂ ਆਪਣੇ ਦੋਸਤ ਜਾਂ ਮਿੱਤਰਾਂ ਨੂੰ ਬਚਾ ਸਕਦੇ ਹੋ। ਸਿਟੀ ਆਫ ਸਰੀ ਲਾਈਫ ਗਾਰਡ ਜੋਬਸ ਲੱਭ ਰਹੇ ਆ, ਐਂਡ ਇਹ ਬਹੁਤ ਰਿਵੋਰਡਿੰਗ ਜੋਬ ਆ। ਇਫ ਸਾਨੂੰ ਜ਼ਿਆਦਾ ਇਨਫੋਰਮੇਸ਼ਨ ਚਾਹੀਦੀ ਆ, ਸਿਟੀ ਆਫ ਦ ਸਰੀ ਦੇ ਪੂਲਾਂ 'ਚ ਆਵੋ, ਸਾਨੂੰ ਪੁੱਛੋ, ਵੈਬਸਾਈਟ ਵੀ ਆ ਸਿਟੀ ਆਫ ਸਰੀ ਲਾਈਫ ਗਾਰਡ, ਲਾਈਫ ਸੇਵਿੰਗ ਸੋਸਾਇਟੀ 'ਚ ਕੋਰਸਿਸ ਵੀ ਹੁੰਦੇ ਆ, ਰੈਡ ਕਰਾਸ, LIT ਅਕੁਆਰਿਕਸ, ਸੋ ਯਾ, please come learn more, and lifeguard is a really good job. If you want to learn more, please ask us and we will love to have you on our team. Thank you so much, Jasjot, tusi apna time ditta. So sade naal san Jasjot Gill, city of Surrey ton, lifeguard te swimming coach ne, Canada de jampal ne, par tonu kiddi sohni punjabi de vich gallan samjhaiyan, je taan vi na samjhaiyan te fir maadi gall hai. ਬਾਕੀ ਜੇ ਤੁਹਾਡਾ ਕੋਈ ਸਵਾਲ ਤੋਖਲਾ ਹੁੰਦਾ, ਚੀਜ਼ਾਂ ਬਹੁਤ ਨੇ ਜਾਣਨ ਵਾਲੀਆਂ, ਸਾਡੇ ਤੱਕ ਸੰਪਰਕ ਕਰ ਸਕਦੇ ਹੋ। ਸਿਟੀ ਆਫ ਸਰੀ ਦੇ ਵਿੱਚ ਪ੍ਰੋਪਰ ਟੀਮ ਬੈਠੀ ਹੋਈ ਹੈ, ਤੁਸੀਂ ਉਹਨਾਂ ਨਾਲ ਆਪਣਾ ਕੋਆਪਰੇਟ ਕਰਕੇ ਸਵਿਮਿੰਗ ਰਿਲੇਟਡ ਲੈਸਨਸ ਲੈਣੇ ਨੇ ਬੱਚਿਆਂ ਨੂੰ ਆਪ ਖੁਦ, ਸੋ ਸਾਰਾ ਕੁਝ ਜ਼ਰੂਰ ਸਿੱਖਿਆ ਜਾਏ ਤਾਂ ਕਿ ਇਹ ਜਿਹੜਾ ਮਨੁੱਖੀ ਜਾਨਾਂ ਗਵਾਚਦੀਆਂ ਨੇ ਛੁੱਟੀਆਂ ਛੁੱਟੀਆਂ ਨਿਗਹਿਲੀਆਂ ਕਰਕੇ, ਮਕਸਦ ਇਹੀ ਹੈ ਕਿ ਤੁਹਾਡੀਆਂ ਅਤੇ ਤੁਹਾਡੇ ਪਰਿਵਾਰਕ ਮੈਂਬਰਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ। ਮੈਨੂੰ ਅਤੇ ਨਾਲ ਸਾਡੇ ਜੈਸਟ ਉਦਗਿਲ ਨੂੰ ਦਿਵਾ ਗਿਆ, ਤੁਸੀਂ ਦੇਖ ਲਓ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ ਸਤਿ ਸ਼੍ਰੀ ਅਕਾਲ।